ਜੇਲ੍ਹ ਦੇ ਵਿੱਚ ਕੈਦੀਆਂ ਨੂੰ ਮੋਬਾਈਲ ਫੋਨ ਨਸ਼ਾ ਸਪਲਾਈ ਕਰਨ ਵਾਲੇ ਦੋ ਡਿਪਟੀ ਸੁਪਰੀਡੈਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਹੁਣ ਉਹਨਾਂ ਦੇ 15 ਅਕਾਊਂਟ ਵੀ ਫਰੀਜ਼ ਕਰ ਦਿੱਤੇ ਨੇ। ਹੁਣ ਤੱਕ 500 ਤੋਂ ਵੱਧ ਮੋਬਾਈਲ ਜੇਲ੍ਹ ਦੇ ਅੰਦਰ ਇਹਨਾਂ ਦੇ ਵੱਲੋਂ ਸਪਲਾਈ ਕਰ ਦਿੱਤੇ ਗਏ ਨੇ। ਨਸ਼ਾ ਵੀ ਸਪਲਾਈ ਕੀਤਾ ਜਾਂਦਾ ਸੀ, ਇਸ ਦੇ ਨਾਲ ਖਾਣ ਦੀਆਂ ਹਰ ਇੱਕ ਚੀਜ਼ ਕੈਦੀਆਂ ਨੂੰ ਦਿੱਤੀ ਜਾਂਦੀ ਸੀ। ਪਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਵੱਲੋਂ ਮੋਬਾਈਲ ਫੋਨ ਨਸ਼ਾ ਸਪਲਾਈ ਤਾਂ ਕਰ ਦਿੱਤਾ ਜਾਂਦਾ ਸੀ, ਪਰ UPI ਦੇ ਜ਼ਰੀਏ ਇਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਹੁੰਚ ਜਾਂਦੇ ਸੀ, ਰਿਸ਼ਵਤ ਪਹੁੰਚ ਜਾਂਦੀ ਸੀ। ਤੇ ਹੁਣ ਜਦੋਂ ਇਹਨਾਂ ਦੇ 15 ਅਕਾਊਂਟ ਪਤਾ ਲੱਗਦੇ ਨੇ ਤੇ ਉਸਦੇ ਵਿੱਚ ਕਰੋੜਾਂ ਰੁਪਏ ਹੁੰਦੇ ਆ, ਤੇ ਜਦੋਂ ਖਾਤਿਆਂ ਬਾਰੇ ਪਤਾ ਲੱਗਦਾ ਕਿ ਇਸ ਖਾਤਿਆਂ ਦੇ ਵਿੱਚ ਰਿਸ਼ਵਤ ਦੇ ਪੈਸੇ ਜਾਂਦੇ ਸੀ, ਤੇ ਹੁਣ ਉਸ ਨੂੰ ਜਿਹੜਾ ਕਿ ਫਰੀਜ਼ ਕਰ ਦਿੱਤਾ ਗਿਆ, 15 ਅਕਾਊਂਟ ਜਿਹੜੇ ਕਿ ਸਾਹਮਣੇ ਆਏ ਨੇ। ਇਨਵੈਸਟੀਗੇਸ਼ਨ ਦੇ ਦੌਰਾਨ ਇਹਨਾਂ ਦੇ ਸਾਥੀ ਵੀ ਪਤਾ ਲੱਗੇ ਨੇ ਕਿ ਆਖਿਰ ਇਸ ਨਸ਼ਾ ਸਪਲਾਈ ਕਰਨ ਦੇ ਵਿੱਚ, ਮੋਬਾਈਲ ਫੋਨ ਸਪਲਾਈ ਕਰਨ ਦੇ ਵਿੱਚ ਕੌਣ ਕੌਣ ਇਸ ਦੇ ਵਿੱਚ ਇਨਵੋਲਵ ਸੀਗਾ। ਤਾਂ ਇਹਨਾਂ ਦੇ ਜ਼ਰੀਏ ਹੋਰ ਵੀ ਜਿਹੜੇ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਵੀ ਜਾਣੇ ਪਤਾ ਲੱਗੇਗੇ ਇਸ ਦੇ ਵਿੱਚ ਕੌਣ ਕੌਣ ਇਨਵੋਲਵ ਸੀ। ਲਗਾਤਾਰ ਅਜਿਹੇ ਸਾਹਮਣੇ ਆਉਂਦੇ ਸੀ ਕਿ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਫੋਨ ਬਰਾਮਦ ਹੋ ਰਹੇ ਨੇ, ਪਰ ਇਹ ਨਹੀਂ ਪਤਾ ਲੱਗ ਰਿਹਾ ਸੀ ਆਖਿਰ ਕਿਉਂ ਹੋ ਰਿਹਾ, ਕੌਣ ਇਸ ਦੇ ਵਿੱਚ ਇਨਵੋਲਵ ਹੈ। ਤਾਂ ਇਨਵੈਸਟੀਗੇਸ਼ਨ ਤੋਂ ਬਾਅਦ ਦੋ ਡਿਪਟੀ ਸੁਪਰੀਡੈਂਟ ਨੂੰ ਸਸਪੈਂਡ ਕਰ ਦਿੱਤਾ ਗਿਆ। ਇਨਵੈਸਟੀਗੇਸ਼ਨ 'ਚ ਉਹਨਾਂ ਦੇ 15 ਅਕਾਊਂਟ ਸਾਹਮਣੇ ਆਏ ਨੇ ਜਿਸ ਨੂੰ ਹੁਣ ਫਰੀਜ਼ ਕਰ ਦਿੱਤਾ ਗਿਆ। ਉਸ ਦੇ ਵਿੱਚ ਦੱਸ ਦਈਏ ਕਰੋੜਾਂ ਰੁਪਏ ਜਿਹੜੇ ਕਿ ਬੈਂਕ ਬੈਲੈਂਸ ਸੀਗਾ, ਅਤੇ ਉਹ ਬੈਲੈਂਸ ਕਿਸ ਤਰ੍ਹਾਂ ਸੀਗਾ, ਉਹ ਕਰੋੜਾਂ ਰੁਪਏ ਕਿਵੇਂ ਜਮ੍ਹਾਂ ਹੋਏ, ਕੈਦੀਆਂ ਨੂੰ ਨਸ਼ਾ ਸਪਲਾਈ ਕਰਕੇ, ਉਹਨਾਂ ਨੂੰ ਹਰ ਇੱਕ ਚੀਜ਼ ਜਿਹੜੀ ਜ਼ਰੂਰਤ ਸੀਗੀ, ਹਰ ਇੱਕ ਚੀਜ਼ ਉਹਨਾਂ ਨੂੰ ਦੇ ਕੇ ਉਸ ਤੋਂ ਬਾਅਦ ਰਿਸ਼ਵਤ ਦੇ ਪੈਸੇ ਇਸੇ ਖਾਤਿਆਂ ਦੇ ਵਿੱਚ ਆਉਂਦੇ ਸੀ।